ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਹਨਾਂ ਨੇ ਵਿਰੋਧੀ ਧਿਰ ਤੇ ਜੰਮ ਕੇ ਨਿਸ਼ਾਨੇ ਸਾਧੇ ਨੇ। ਸੁਖਬੀਰ ਸਿੰਘ ਬਾਦਲ ਦੇ ਮੁਤਾਬਿਕ ਕੈਪਟਨ ਅਮਰਿੰਦਰ ਸਿੰਘ ਹੁਣ ਤੱਕ ਦੇ ਪੰਜਾਬ ਦੇ ਸਭ ਤੋਂ ਨਾਕਾਮ ਮੁੱਖ ਮੰਤਰੀ ਹਨ। ਕੈਪਟਨ ਸਾਹਿਬ ਨੇ ਆਪਣੀ ਹਾਰ ਮੰਨ ਲਈ ਹੈ। ਬੰਦਾ ਉਹ ਆਪਣੇ ਵਰਕਰਾਂ ਨੂੰ ਧਮਕਾਉਂਦਾ ਜਿਹੜਾ ਡਰ ਪੈ ਗਿਆ ਜੀ ਨੂੰ। ਕੈਪਟਨ ਸਾਹਿਬ ਨੂੰ ਡਰ ਪੈ ਗਿਆ ਕਿ ਉਹਨਾਂ ਦੇ ਵਰਕਰ, ਉਹਨਾਂ ਦੇ MLA, ਉਹਨਾਂ ਦੇ ਮੰਤਰੀ ਆਪਣੇ ਆਪਣੇ ਹਲਕਿਆਂ ਤੋਂ ਹਾਰ ਰਹੇ ਹੈ। ਸੋ ਕੈਪਟਨ ਸਾਹਿਬ ਧਮਕਾਉਣ ਲੱਗ ਗਏ ਹੈ। ਮੈਂ ਕੈਪਟਨ ਸਾਹਿਬ ਨੂੰ ਆਹੀ ਬੇਨਤੀ ਕਰਦਾ ਕਿ ਜੋ ਜ਼ਬਾਨ ਕੀਤੀ ਹੈ, ਪਰ ਤੁਸੀਂ ਜ਼ਬਾਨ ਦੇ ਪੱਕੇ ਤੋਂ ਹੈ ਨਹੀਂ। ਗੁਟਕਾ ਸਾਹਿਬ ਵੀ ਝੂਠੀ ਸੌਂਹ ਖਾ ਸਕਦੇ ਆ ਅਤੇ ਆਪਣੀ ਜ਼ਬਾਨ ਦੇ ਪੱਕੇ ਰਹਿਣ, ਕਿਉਂਕਿ ਤੁਹਾਨੂੰ ਵੀ ਆਪਣੀ ਮੁੱਖ ਮੰਤਰੀ ਛੱਡਣੀ ਪੈਣੀ ਹੈ। ਪਟਿਆਲਾ ਹਲਕੇ ਤੋਂ ਉਹਨਾਂ ਦੀ ਧਰਮ ਪਤਨੀ ਹਾਰ ਰਹੀ ਹੈ। ਉਹਨਾਂ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਦੇ ਸੁਹੇਲੇ ਵੀ ਗਾਏ ਨੇ ਤੇ ਉਹਨਾਂ ਦੀ ਜਿੱਤ ਦੀ ਕਾਮਨਾ ਕੀਤੀ ਹੈ। ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੇ ਗੁਰਦਾਸਪੁਰ ਤੋਂ ਉਮੀਦਵਾਰ ਸੁਨੀਲ ਕੁਮਾਰ ਜਾਖੜ ਦੀ ਚੋਣਾਂ ਦੇ ਵਿੱਚ ਜ਼ਮਾਨਤ ਜ਼ਬਤ ਹੋਣ ਦੀ ਵੀ ਗੱਲ ਕੀਤੀ ਹੈ। ਆਪਣੇ ਸ਼ਬਦੀ ਹਮਲੇ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕੀ ਕਿਹਾ, ਜ਼ਰਾ ਤੁਸੀਂ ਵੀ ਸੁਣੋ। ਸੀ, ਮੈਂ ਇੰਨਾ ਕਹਿ ਸਕਦਾ ਕਿ ਜਿਵੇਂ ਵਿਨੋਦ ਖੰਨਾ ਜੀ ਨੇ ਬੜੀ ਡੈਡੀਕੇਟਲੀ ਕੰਮ ਕੀਤਾ, ਆਪਣੇ ਇਲਾਕੇ 'ਚ ਦੇਖੋ ਲਗਾਤਾਰ ਜਿੱਤਦੇ ਰਹੇ ਹੈ, ਕਿਤੇ ਹਾਰੇ ਨਹੀਂ। ਉਹ ਲਗਾਤਾਰ ਜਿੱਤ ਕੇ ਉਹਨਾਂ ਨੇ ਕੰਮ ਕੀਤੇ, ਪੁੱਲ ਬਣਾਏ। ਮੈਨੂੰ ਪੂਰੀ ਆਸ ਹੈ ਸਨੀ ਦਿਓਲ ਜੀ ਵੀ ਐਵੇਂ ਮਿਹਨਤ ਕਰਨਗੇ ਪੰਜਾਬ, ਕਿਉਂਕਿ ਸਨੀ ਦਿਓਲ ਜੀ ਪੰਜਾਬ ਦੇ ਜੰਮਪਲ ਹੈ, ਪੰਜਾਬੀ ਹੈ। ਸੋ ਇਸ ਕਰਕੇ ਸਾਨੂੰ ਜ਼ਿਆਦਾ ਮਾਣ ਹੈ। ਹੁਣ ਜਵਾਨ ਜਬ ਤੋਂ ਸੁਨੀਲ ਜਾਖੜ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਸੁਨੀਲ ਦਾਖਲ ਦਾ ਅਸੈਂਬਲੀ ਹਲਕਾ ਅਬੋਹਰ ਹੈ, ਜਿੱਥੋਂ ਇਲੈਕਸ਼ਨ ਲੜਦੇ ਹੈ, ਫਿਰੋਜ਼ਪੁਰ ਪਾਰਲੀਮੈਂਟ ਹਲਕੇ 'ਚੋਂ ਸਭ ਤੋਂ ਵੱਧ ਲੀਡ ਸ਼੍ਰੋਮਣੀ ਅਕਾਲੀ ਦਲ ਨੂੰ ਸੁਨੀਲ ਜਾਖੜ ਦੇ ਹਲਕੇ ਅਬੋਹਰ ਤੋਂ ਆਊਗਾ। ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਵਿਰੋਧੀਆਂ 'ਤੇ ਛੱਡੇ ਜਾ ਰਹੇ ਸ਼ਬਦੀ ਤੀਰ ਵੋਟਰਾਂ 'ਤੇ ਕੋਈ ਅਸਰ ਪਾਉਂਦੇ ਆ ਜਾਂ ਨਹੀਂ, ਇਹ ਤਾਂ ਚੋਣ ਨਤੀਜਾ ਹੀ ਦੱਸੇਗਾ। ਅੰਮ੍ਰਿਤਸਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ।